ਔਖੀਆਂ ਨੇ, ਪ੍ਰੇਮ ਦੀਆਂ ਮਜ਼ਲਾਂ ਮੁਕਾਣੀਆਂ, ਇਹ ਬੜੀਆਂ ਔਖੀਆਂ ਨੇ। ਬਾਬਾ ਕੁੰਦਨ ਸਿੰਘ ਜੀ ਮਹਾਰਾਜ 'ਤੇ ਜੋ ਬੀਤਦੀਆਂ ਸੀ ਅਸੀਂ ਅੱਖੀਂ ਦੇਖੀਆਂ, ਭਾਵੇਂ ਕਿੰਨੇ 200-400 ਬਿਹੰਗਮ ਸੀ ਉਹਨਾਂ ਦਾ, ਪਰ ਸਾਰੇ ਗੁਰੂ ਸੀ। ਸਾਰੇ ਪਰੇਸ਼ਾਨੀਆਂ ਉਹਨਾਂ ਨੂੰ ਪਲ ਪਲ 'ਤੇ ਦੇਣ ਵਾਲੇ ਸੀ, ਸਾਡੇ ਸਮੇਤ ਸਾਰੀ ਆਪੋ ਆਪਣੀ ਲਈ ਬੈਠੇ ਸੀ, ਅਸਥਾਨਾਂ ਵੱਲੋਂ, ਸਕੂਲਾਂ ਵੱਲੋਂ, ਸੰਗੀਆਂ ਵੱਲੋਂ, ਬਰਾਬਰ ਦੇ ਸਹਾਇਕਾਂ ਵੱਲੋਂ, ਜਿਹੜੇ ਉੱਥੇ ਹੋਰ ਮਹਾਤਮਾ ਮਹਾਂਪੁਰਸ਼ ਸੀ। ਮੈਂ ਕਹਿੰਦਾ ਜੋ ਬਾਬਾ ਕੁੰਦਨ ਸਿੰਘ ਜੀ ਨੇ ਜਿਵੇਂ ਸਮਾਂ ਕੱਟਿਆ ਇੱਕ ਦਿਨ, ਜੇ ਸਾਨੂੰ ਉਵੇਂ ਇੱਕ ਦਿਨ ਵੀ ਕੱਟਣਾ ਪਿਆ ਅਸੀਂ ਕੱਟ ਨਹੀਂ ਸਕਦੇ। ਇਹ ਸਾਧੂਆਂ ਦੀ ਘਾਲਣਾ ਹੈ, ਕੰਡਿਆਂ ਦੀ ਸੇਜ 'ਤੇ ਸੌਂਦੇ ਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰਾ ਹਾਲ ਪੁੱਛ ਮੇਰੇ ਮਾਲਕ, ਮੈਂ ਤੈਨੂੰ ਦੱਸਾਂ ਕੀ ਹੁੰਦਾ ਮੇਰੇ ਨਾਲ। ਰੋਗ ਰਜਾਈਆਂ ਦਾ ਉੱਡਣ, ਜਿਹੜੀ ਮੈਂ ਰਜਾਈ ਲੈਂਦਾ ਰੋਗਾਂ ਦੀ ਭਰੀ ਹੋਈ, ਨਾਗ ਨਿਵਾਸਾਂ ਦਾ ਰਹਿਣਾ ਜਿੱਥੇ ਮੈਂ ਰਹਿੰਦਾ, ਸਾਰੇ ਸੱਪ ਹੀ ਸੱਪ ਨੇ ਡੰਗ ਮਾਰਨ ਵਾਲੇ, ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈ, ਜਿਹਦੇ ਨਾਲ ਮਾਸ ਖਿੱਚ ਖਿੱਚ ਕੇ ਲਾਉਂਦੇ ਜਮੂਰਾਂ ਨਾਲ, ਉਹ ਕਸਾਈਆਂ ਦਾ ਵਿੰਗ ਮੈਨੂੰ ਚੰਬੜਿਆ ਹੋਇਆ। ਸਾਰੇ ਸ਼ਬਦ ਦੀ, ਸਾਰੇ ਸ਼ਬਦ ਅਰਥ ਕਰਨਾ ਬਹੁਤ ਔਖਾ ਹੈ। ਇਹ ਸਾਰੇ ਸ਼ਬਦ ਅਰਥ ਕਈ ਕੋਈ ਵੀ ਗਿਆਨੀ ਅੱਜ ਤੱਕ ਨਹੀਂ ਕਰ ਸਕਿਆ, ਜੋ ਹਾਲ ਗੁਰੂ ਗੋਬਿੰਦ ਸਿੰਘ ਜੀ ਆਪਣੇ ਮਿੱਤਰ ਪਿਆਰੇ ਨੂੰ ਕਹਿ ਰਹੇ ਨੇ। ਝੂਠ ਬੋਲ ਰਹੇ, ਮਹਾਂਪੁਰਸ਼ਾਂ ਦੀਆਂ ਕਹਾਣੀਆਂ, ਮਹਾਂਪੁਰਖਾਂ ਦੀਆਂ ਸਾਖੀਆਂ ਬੜੀਆਂ, ਉਹਨਾਂ ਦੇ ਮਜ਼ਲ ਬੜੀ ਮਜ਼ਲਾਂ ਬੜੀਆਂ ਔਖੀਆਂ ਨੇ। ਗੁਰੂ ਗੋਬਿੰਦ ਸਿੰਘ ਦਾ ਸਾਰਾ ਜ਼ਿਕਰ ਕੌਣ ਲਿਖ ਲੈਗੀ, ਕਿਹੜੀ ਕਲਮ ਲਿਖ ਲੇਗੀ? ਸਾਰਾ ਜ਼ਿਕਰ ਲਿਖੋ, ਬਚਪਨ ਤੋਂ ਲੈ ਕੇ ਕੀ ਮੁਸੀਬਤਾਂ, ਕੀ ਦੁੱਖ ਤਕਲੀਫਾਂ, ਕਿੰਨੇ ਕੁਝ ਬੈਰੀ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਆਖੋ ਸ੍ਰੀ ਵਾਹਿਗੁਰੂ, ਸਾਨੂੰ ਦੱਸ ਗਏ ਆ ਵੀ ਮਾਰਗ ਕੱਠਣੇ ਭਾਈ, ਪਰ ਹੈ ਬੜਾ ਆਨੰਦ ਵਾਲਾ ਹੈ, ਬੜੀ ਸੋਭਾ ਵਾਲਾ ਹੈ, ਬੜੀ ਬੜੀ। ਮੈਂ ਇੰਨਾ ਕੁਝ ਝੱਲਿਆ ਹੈ, ਤੁਸੀਂ ਵੀ ਝੱਲੀ ਆਇਓ। ਬਾਬਾ ਖੇਮ ਸਿੰਘ ਜੀ ਕੋਲ ਗੱਲ ਕਰੀ, ਭਾਈ ਸਭ ਕੁਝ ਛੱਡ ਕੇ ਚੱਲ ਲਿਆ ਕਰੋ, ਚੱਲ ਲਿਆ ਕਰੋ। ਉਹ ਝੱਲਣਾ ਹੀ ਸਿਖਾਉਂਦੇ ਸੀ, ਕੋਈ ਨੂੰ ਪੁੱਤ ਦਾ ਝਗੜਾ ਆ ਜਾਣਾ, ਕਿਸੇ ਧੀ ਦਾ, ਕਿਸੇ ਦਾ, ਕਿਸੇ ਦਾ, ਕੋਈ ਭਾਈ ਤੂੰ ਚੱਲਣਾ, ਚੱਲਣਾ ਹੀ ਚੰਗਾ ਹੈ। ਬਰਾਬਰਤਾ ਕਰਨੀ, ਝਗੜਾ ਕਰਨਾ, ਇਹ ਮਾੜਾ ਹੈ। ਕੋਈ ਘਾਟਾ ਪੈ ਗਿਆ ਚੱਲ ਲਓ, ਭਾਣਾ ਮੰਨੋ, ਗੁਰਸਾਹਿਬ ਦੀ ਸਿੱਖੀ ਦੀ ਪੜ੍ਹਾਈ ਹੈ, ਭਾਣਾ ਮੰਨੋ, ਭਾਣੇ ਵਿੱਚ ਰਹੋ, ਇਹ ਪੜ੍ਹਾਈ ਹੈ ਸਿੱਖੀ ਦੀ, ਇਹ ਚੱਲਣਾ ਹੈ। ਦੁੱਖ ਮੁਸੀਬਤਾਂ ਜੋ ਆਉਣ ਚੱਲਣੀਆਂ ਹੈ, ਸਾਨੂੰ ਮਨੁੱਖਾ ਜਨਮ ਨਹੀਂ ਮਿਲਣਾ, ਫਿਰ ਆਖੋ ਸੀ ਇਹ ਜਨਮ ਇਹ ਹਾਰ ਗਏ ਅਤੇ ਇਹ ਜਨਮ ਨਹੀਂ। ਕੁੱਤੇ ਬਿੱਲੇ ਸੱਪ ਠੂਹੇ ਕਿੰਨੇ ਗੰਦੇ ਤੋਂ ਗੰਦੇ, ਕੋਈ ਕੁੱਤਾ ਬਣਿਆ ਪਿਆ, ਕੋਈ ਗਧਾ ਬਣਿਆ ਪਿਆ, ਕੋਈ ਟੱਠਾ ਬਣਿਆ ਪਿਆ, ਕੋਈ ਸੂਰ ਬਣ ਕੇ ਤੁਰਿਆ ਫਿਰਦਾ। ਜੇ ਕਿਤੇ ਇੱਧਰ ਜਾਣਾ ਪਿਆ ਤਾਂ ਸਾਈਆਂ 84 ਲੱਖ ਜੂਨ ਦੇ ਅਤੇ 4 ਯੁੱਗ ਦਾ ਵਿਛੋੜਾ ਪਏਗਾ, ਅਤੇ 4 ਯੁੱਗ ਬਾਅਦ ਫਿਰ ਇਹ ਮਨੁੱਖਾ ਜਨਮ ਦੀ ਵਾਰੀ ਆ ਸਾਰਿਆਂ ਕੋਲ। ਇਹਦੀ ਵਾਰੀ 4 ਯੁੱਗਾਂ ਦੇ ਅਤੇ 84 ਲੱਖ ਭੋਗ ਕੇ ਅਤੇ ਸਾਰਾ ਕੁਝ ਬਣੋਗੇ। ਅੱਜ ਮਨੁੱਖਾ ਜਨਮ ਮਿਲਿਆ, ਸਭ ਕੁਝ ਝੱਲ ਕੇ ਇਹਨੂੰ ਕੱਢ ਲਓ, ਮਨੁੱਖਾ ਜਨਮ ਨੂੰ ਤਰ ਜਿਓ, ਗੁਰੂ ਮਿਲਿਆ, ਗੁਰੂ ਦੇ ਚਰਨ ਫੜ ਕੇ। ਐਵੇਂ ਨਾ ਦੁਨੀਆਂ ਦੀਆਂ ਖੋਟੀਆਂ ਚੀਜ਼ਾਂ ਅੱਜ ਵੀ ਛੱਡਣੀਆਂ, ਕੱਲ੍ਹ ਵੀ ਛੱਡਣੀਆਂ, ਇਹਨਾਂ ਨਾਲ ਹੀ ਜੁੜੇ ਰਹੋ, ਇਹਨਾਂ ਪਿੱਛੇ ਹੀ ਮਾਰ ਖਾਂਦੇ ਰਹੋ। ਧਨਪਤ ਚੌਧਰੀ ਨੂੰ ਬਾਬਾ ਜੀ ਨੇ ਕਿਹਾ ਸੀ ਨਾ, ਧੰਨਿਆ ਧਨਪਤ ਸੁਣੀ ਸਾਡਾ ਸੱਦ, ਤੂੰ ਮਰਿਆਂ ਤੋਂ ਵੀ ਛੱਡਣੀ, ਜਿਉਂਦਿਆਂ ਹੀ ਦੇ ਛੱਡ, ਅਤੇ ਉਹ ਛਾਲ ਮਾਰ ਗਿਆ ਸੀ। ਸਾਲਸਰਾਏ ਜੌਹਰੀ ਨੂੰ ਕਿਹਾ ਸੀ, ਆਪਣਾ ਲਾਲ ਪਛਾਣ, ਕੂੜੇ ਲਾਲ ਨਾ ਗੰਠ ਬਣ,
ਲਾ ਇਹ ਲਾਲ ਸਾਸਰਾਏ ਜੋਰੀ ਛੱਡ ਦੇ ਝੂਠੇ ਲਾਲਾਂ ਦਾ, ਸੱਚਾ ਲਾਲ ਬਣ ਲਾ, ਲੁਟਾ ਦੇ ਇਹਨੂੰ, ਵੰਡ ਦੇ।